ਤਾਂ ਕਿਵੇਂ ਲਗਜ਼ਰੀ ਗੱਡੀਆਂ ਨੂੰ ਚੋਰ ਮਿੰਟਾਂ ਦੇ ਵਿੱਚ ਚੋਰੀ ਕਰਕੇ ਲੈ ਜਾਂਦੇ ਨੇ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਘਰ ਦੇ ਬਾਹਰ ਇੱਕ ਗੱਡੀ ਖੜੀ ਸੀ ਤੇ ਚੋਰ ਜਿਹੜੇ ਨੇ ਗੱਡੀ ਦੇ ਵਿੱਚ ਆਉਂਦੇ ਨੇ ਤੇ ਇੱਕ ਉਸ ਦੇ ਵਿੱਚ ਉਤਰਦਾ ਏ ਤੇ ਮਿੰਟਾਂ ਦੇ ਵਿੱਚ ਜਿਹੜੀ ਗੱਡੀ ਹੈ ਉਸ ਨੂੰ ਹਾਈਟੈਕ ਤਰੀਕੇ ਦੇ ਨਾਲ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਦੇਖੋ ਇਹ ਚੋਰ ਪਹਿਲਾਂ ਆਇਆ ਤੇ ਇਸਨੇ ਪੇਚਕਸ ਤੇ ਕਟਰ ਦੀ ਮਦਦ ਦੇ ਨਾਲ ਸ਼ੀਸ਼ਾ ਜਿਹੜਾ ਏ ਉਹ ਗੱਡੀ ਦਾ ਤੋੜ ਲਿਆ ਗੱਡੀ ਦਾ ਸ਼ੀਸ਼ਾ ਤੋੜਨ ਤੋਂ ਬਾਅਦ ਇਸ ਨੇ ਗੱਡੀ ਦੇ ਵਿੱਚ ਜੋ ਸਿਸਟਮ ਲੱਗਿਆ ਹੁੰਦਾ ਏ ਉਸ ਨੂੰ ਸਕੈਨ ਕੀਤਾ ਲੈਪਟਾਪ ਦੇ ਨਾਲ ਲੈਪਟਾਪ ਬਾਹਰ ਕੱਢਿਆ ਡਿਵਾਈਸ ਹੈ ਜਿਹੜੀ ਇਸ ਦੇ ਕੋਲ ਉਸ ਦੇ ਨਾਲ ਇਸ ਨੇ ਉਸ ਨੂੰ ਕਨੈਕਟ ਕੀਤਾ ਤੇ ਕਿਵੇਂ ਨਾ ਕਿਵੇਂ ਇਸ ਨੇ 5-7 ਮਿੰਟ ਦੀ ਪ੍ਰਕਿਰਿਆ ਤੋਂ ਬਾਅਦ ਗੱਡੀ ਦਾ ਲੌਕ ਜਿਹੜਾ ਏ ਉਹ ਖੋਲ੍ਹ ਲਿਆ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਗੱਡੀ ਸੇਫ ਹੈ ਕਿਉਂਕਿ ਟੈਕਨੋਲੋਜੀ ਜਿਹੜੀ ਆ ਉਹ ਕਾਫੀ ਅਪ ਹੋ ਗਈ ਹੈ ਕਾਫੀ ਫਾਸਟ ਹੋ ਗਈ ਹੈ ਕਿ ਚੋਰੀ ਨਹੀਂ ਹੋਵੇਗੀ ਗੱਡੀ ਪਰ ਇਹ ਚੋਰ ਦੇਖੋ ਕਿ ਕਿਵੇਂ ਡਿਵਾਈਸ ਦੀ ਮਦਦ ਦੇ ਨਾਲ ਇਸ ਦੇ ਹੱਥ ਦੇ ਵਿੱਚ ਜੋ ਲੈਪਟਾਪ ਹੈ ਉਸ ਦੀ ਮਦਦ ਦੇ ਨਾਲ ਇਸ ਨੇ ਜਿਹੜਾ ਗੱਡੀ ਦੇ ਵਿੱਚ ਲੱਗਿਆ ਸਿਸਟਮ ਹੈ ਉਸ ਨੂੰ ਇਸ ਨੇ ਸਕੈਨ ਕੀਤਾ ਕਨੈਕਟ ਕੀਤਾ ਤੇ ਇਸ ਨੇ ਥੋੜ੍ਹੀ ਦੇਰ ਬਾਅਦ ਹੀ ਇਹ ਗੱਡੀ ਚੋਰੀ ਕਰ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਿਆ ਇਹ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਇੱਕ OBD ਹੁੰਦਾ ਔਨ ਬੋਰਡ ਡਾਇਗਨੋਸਟਿਕ ਮੈਥਡ ਹੁੰਦਾ ਡੈਸ਼ਬੋਰਡ ਦੇ ਬਿਲਕੁਲ ਸਾਈਡ ਤੇ ਜਿਹੜੇ ਇਹ ਚੋਰ ਨੇ ਹੁਣ ਉਸ ਨੂੰ ਆਪਣੀ ਡਿਵਾਈਸ ਦੇ ਨਾਲ ਕਨੈਕਟ ਕਰਦੇ ਨੇ ਤੇ ਹਾਈਟੈਕ ਚੋਰਾਂ ਅੱਗੇ ਗੱਡੀਆਂ ਦੀ ਟੈਕਨੋਲੋਜੀ ਫੇਲ ਨਜ਼ਰ ਆ ਰਹੀ ਹੈ ਤਾਂ ਇਹ ਚੋਰ ਜਿਹੜੇ ਨੇ ਹਾਈਟੈਕ ਟੈਕਨੋਲੋਜੀ ਨੂੰ ਵੀ ਕੁਝ ਨਹੀਂ ਸਮਝਦੇ ਕ੍ਰੇਟਾ ਗੱਡੀ ਨੂੰ ਚੋਰੀ ਕਰਕੇ ਲੈ ਗਏ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਚੋਰ ਨੇ ਉਹ ਆਉਂਦੇ ਨੇ ਇੱਕ ਕਾਲੇ ਰੰਗ ਦੀ ਗੱਡੀ ਦੇ ਵਿੱਚ ਰਾਤ ਨੂੰ 3 ਵਜੇ ਦੇ ਕਰੀਬ ਇਹ ਆਉਂਦੇ ਨੇ ਤੇ ਇੱਕ ਕ੍ਰੇਟਾ ਗੱਡੀ ਜਿਹੜੀ ਹੈ ਹੰਡਾਈ ਦੀ ਉਹ ਘਰ ਦੇ ਬਾਹਰ ਗੇਟ ਦੇ ਬਿਲਕੁਲ ਸਾਹਮਣੇ ਖੜੀ ਹੁੰਦੀ ਹੈ ਗੱਡੀ ਦੇ ਵਿੱਚੋਂ ਇੱਕ ਜਿਹੜਾ ਡਰਾਈਵਰ ਵਾਲੇ ਸਾਈਡ ਤੇ ਬੈਠਾ ਰਹਿੰਦਾ ਚੋਰ ਦੂਸਰਾ ਚੋਰ ਜਿਹੜਾ ਏ ਉਹ ਗੱਡੀ ਖੋਲ ਕੇ ਬਾਹਰ ਆਉਂਦਾ ਏ ਤੇ ਮਿੰਟਾਂ ਦੇ ਵਿੱਚ ਉਹ ਪਹਿਲਾਂ ਪੇਚਕਸ ਅਤੇ ਕਟਰ ਦੇ ਨਾਲ ਮਿੰਟਾਂ ਦੇ ਵਿੱਚ ਜਿਹੜਾ ਗੱਡੀ ਦਾ ਸ਼ੀਸ਼ਾ ਏ ਡਰਾਈਵਰ ਸਾਈਡ ਦਾ ਉਸ ਨੂੰ ਤੋੜ ਲੈਂਦਾ ਏ ਤੇ ਉਸ ਤੋਂ ਬਾਅਦ ਉਹ ਡੈਸ਼ਬੋਰਡ ਦੇ ਨੇੜੇ ਲੱਗੇ OBD ਸਿਸਟਮ ਨੂੰ ਆਪਣੀ ਡਿਵਾਈਸ ਦੇ ਨਾਲ ਕਨੈਕਟ ਕਰ ਲੈਂਦਾ ਏ ਤੇ ਥੋੜ੍ਹੀ ਦੇਰ ਨੈੱਟ ਦੀ ਸਿਸਟਮ ਦੇ ਨਾਲ ਉਹ ਕਨੈਕਟ ਕਰਕੇ ਜਿਹੜੀ ਟੈਕਨੋਲੋਜੀ ਆ ਉਸ ਨੂੰ ਫੇਲ ਕਰ ਦਿੰਦਾ ਏ ਜਿਹੜਾ ਉਸ ਕੋਲ ਲੈਪੀ ਹੈ ਛੋਟਾ ਲੈਪਟਾਪ ਹੈ ਉਸ ਦੀ ਮਦਦ ਦੇ ਨਾਲ ਉਹ ਡੀਕੋਡ ਕਰ ਲੈਂਦਾ ਉਸ ਦੀ ਅਤੇ OBD ਜਿਹੜਾ ਔਨ ਬੋਰਡ ਡਾਇਗਨੋਸਟਿਕ ਮੈਥਡ ਹੈ ਡੈਸ਼ਬੋਰਡ 'ਚ ਹੁੰਦਾ ਏ ਉਸ ਨੂੰ ਕਨੈਕਟ ਕਰ ਲੈਂਦਾ ਅਤੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਇਹ ਇਸ ਸਾਰੀ ਪ੍ਰਕਿਰਿਆ ਨੂੰ ਕਰੀਬ 10 ਕੁ ਮਿੰਟ ਦਾ ਸਮਾਂ ਲੱਗਿਆ ਅਤੇ ਜਿਹੜਾ ਮਾਲਕ ਹੈ ਗੱਡੀ ਦਾ ਉਹ ਜਦੋਂ ਦੇਖਦਾ ਸਵੇਰੇ ਉੱਠ ਕੇ ਤਾਂ ਉਹ ਹੱਕਾ ਬੱਕਾ ਰਹਿ ਗਿਆ ਕਿਉਂਕਿ ਉਸਦੀ ਲੱਖਾਂ ਦੀ ਲਗਜ਼ਰੀ ਗੱਡੀ ਜਿਹੜੀ ਹੈ ਉਹ ਚੋਰੀ ਹੋ ਚੁੱਕੀ ਸੀ ਤਾਂ ਹਾਈਟੈਕ ਕਾਰਾਂ ਵੀ ਜਿਹੜੀਆਂ ਉਹ ਸੇਫ ਨਜ਼ਰ ਨਹੀਂ ਆ ਰਹੀਆਂ ਚੋਰ ਮਿੰਟਾਂ ਦੇ ਵਿੱਚ ਲੈਪਟਾਪ ਦੀ ਮਦਦ ਦੇ ਨਾਲ ਕਾਰ ਖੋਲ੍ਹ ਕੇ ਫਰਾਰ ਹੋ ਰਹੇ ਨੇ CCTV ਦੇ ਵਿੱਚ ਇਹ ਪੂਰੀ ਵਾਰਦਾਤ ਵਾਪਰੀ ਹੈ ਤਾਂ ਦੱਸ ਦਈਏ ਕਿ ਜਿਸ ਢੰਗ ਦੇ ਨਾਲ ਇਹ ਗੱਡੀ ਜਿਹੜੀ ਆ ਉਹ ਚੋਰੀ ਹੋਈ ਆ ਉਸਨੇ ਗੱਡੀਆਂ ਦੀ ਸਿਸਟਮ 'ਤੇ ਵੀ ਟੈਕਨੋਲੋਜੀ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਨੇ ਤਾਂ ਦੱਸ ਦਈਏ ਕਿ ਹਾਲਾਂਕਿ ਇਹ ਖਬਰ ਜਿਹੜੀ ਆ ਉਹ ਹਰਿਆਣਾ ਦੇ ਬਹਾਦਰਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਾਰ ਨੂੰ ਲਗਜ਼ਰੀ ਗੱਡੀ ਨੂੰ ਇਹ ਚੋਰ ਨੇ ਜਿਹੜੇ ਉਹ ਚੋਰੀ ਕਰਕੇ ਫਰਾਰ ਹੋ ਗਏ ਨੇ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਉਦਯੋਗਪਤੀ ਰਾਜੀਵ ਰਾਠੀ ਜੋ ਸੈਕਟਰ 2 ਵਿੱਚ ਰਹਿੰਦਾ ਹੈ ਉਸ ਦੀ ਇਹ ਗੱਡੀ ਸੀ ਘਰ ਦੇ ਬਾਹਰ ਖੜ੍ਹੀ ਸੀ ਅਤੇ ਜਦੋਂ ਉਹ ਸਵੇਰੇ ਉੱਠ ਕੇ 5 ਕੁ ਵਜੇ ਦੇਖਦਾ ਏ ਤਾਂ ਉਸਨੇ ਦੇਖਿਆ ਕਿ ਗੱਡੀ ਉੱਥੇ ਨਹੀਂ ਸੀ CCTV ਚੈੱਕ ਕੀਤੇ ਉਸਦੇ ਹੋਸ਼ ਉੱਡ ਗਏ ਅਤੇ ਕਾਰ ਜਿਹੜੀ ਆ ਉਹ ਚੋਰੀ ਹੋ ਚੁੱਕੀ ਸੀ ਅਤੇ ਦੱਸ ਦਈਏ ਕਿ ਕਾਰ ਜਿਹੜੀ ਹੈ ਉਸ ਨੂੰ ਚੋਰ ਲੈ ਕੇ ਜਾ ਚੁੱਕੇ ਸਨ CCTV ਦੇ ਵਿੱਚ ਸਾਰਾ ਖੁਲਾਸਾ ਹੋਇਆ ਦੱਸਿਆ ਇਹ ਜਾ ਰਿਹਾ ਹੈ ਕਿ 3 ਵਜੇ ਦੇ ਕਰੀਬ ਇਹ ਚੋਰ ਆਉਂਦੇ ਨੇ CCTV ਦੇ ਵਿੱਚ ਇਹ ਪੂਰੀ ਵਾਰਦਾਤ ਵਾਪਰੀ ਹੈ ਗੱਡੀ ਦੇ ਡਰਾਈਵਰ ਵਾਲਾ ਸ਼ੀਸ਼ਾ ਤੋੜਦੇ ਨੇ ਕੋਡ ਜਿਹੜਾ ਕਾਰ ਦਾ ਉਸਨੂੰ ਡੀਕੋਡ ਕਰਦੇ ਨੇ ਲੈਪਟਾਪ ਦੇ ਨਾਲ ਕਨੈਕਟ ਕਰਦੇ ਨੇ ਅਤੇ ਗੱਡੀ ਦੀ ਜਿਹੜੀ ਸਿਸਟਮ ਹੈ ਉਸਨੂੰ ਫੇਲ ਕਰ ਦਿੰਦੇ ਨੇ ਬਿਨਾਂ ਚਾਬੀ ਤੋਂ ਹੀ ਗੱਡੀ ਸਟਾਰਟ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਬਹਾਦਰਗੜ੍ਹ ਤੋਂ ਜਿੱਥੇ ਇਹ ਚੋਰ ਹਾਈਟੈਕ ਢੰਗ ਦੇ ਨਾਲ ਲਗਜ਼ਰੀ ਗੱਡੀ ਲੱਖਾਂ